ਮਲੋਟ ਦੇ ਸਕਾਈ ਮਾਲ ਦੇ ਬਾਹਰ ਸ਼ਾਮ ਨੂੰ ਗੋਲੀ ਚੱਲਣ ਨਾਲ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਜਾਣਕਾਰੀ ਅਨੁਸਾਰ ਸਥਾਨਕ ਸਕਾਈ ਮਾਲ ਦੇ ਬਾਹਰ ਇੱਕ ਵਿਅਕਤੀ ਉੱਤੇ ਕਈ ਰਾਉਂਡ ਫਾਇਰਿੰਗ ਕੀਤੀ ਗਈ। ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ ਮੰਨਾ ਦੇ ਰੂਪ ਵਿੱਚ ਹੋਈ ਹੈ। ਉਸ ਉੱਪਰ 7 ਰਾਉਂਡ ਫਾਇਰਿੰਗ ਕੀਤੀ ਗਈ, ਜਿਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਜੇਰੇ ਇਲਾਜ ਮੌਤ ਹੋ ਗਈ। ਇਸ ਘਟਨਾ ਵਿੱਚ ਇੱਕ ਹੋਰ ਨੌਜਵਾਨ ਨੂੰ ਗੋਲੀਆਂ ਲੱਗੀਆਂ ਹਨ, ਜੋ ਹਸਪਤਾਲ ਵਿੱਚ ਭਰਤੀ ਹੈ। ਉਸਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਵਿਅਕਤੀ ਗੱਡੀ ਵਿੱਚ ਆਏ ਸਨ, ਜਿਨ੍ਹਾਂ ਨੇ ਮ੍ਰਿਤਕ ਮੰਨਾ ਉੱਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ ਅਤੇ ਇੱਕ ਗੋਲੀ ਉਸਦੇ ਪੈਰ ਵਿੱਚ ਲੱਗੀ। ਦੂਜੇ ਪਾਸੇ ਮਨਪ੍ਰੀਤ ਸਿੰਘ ਮੰਨਾ ਦੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਨੇ ਲਈ ਹੈ। ਉਹਨਾਂ ਨੇ ਫੇਸਬੁੱਕ ਉੱਤੇ ਪੋਸਟ ਪਾਈ ਹੈ। ਮਨਪ੍ਰੀਤ ਸਿੰਘ ਮੰਨਾ ਉੱਤੇ ਵੀ ਕਈ ਅਪਰਾਧਿਕ ਮਾਮਲੇ ਦਰਜ ਸਨ। ਮਨਪ੍ਰੀਤ ਮੰਨਾ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਦਿਆਲ ਸਿੰਘ ਕੋਲਿਆਂਵਾਲੀ ਉੱਤੇ ਹਮਲਾ ਜਾਨਲੇਵਾ ਹਮਲਾ ਕੀਤਾ ਸੀ। ਲੱਤ 'ਤੇ ਹੀ ਹੈ ਬਸ, ਬਾਕੀ ਬਾਈ 'ਤੇ ਹੀ ਹੋਇਆ ਸਾਰੇ। ਇਹ ਵੀ ਨਹੀਂ ਪਤਾ ਮੇਰੇ, ਸ਼ਾਇਦ ਬਾਈ 'ਤੇ ਕੀਤਾ ਹੋਵੇ, ਮੇਰੇ ਕਹਿ ਕੇ ਵੱਜ ਗਏ, ਪਰ ਬਾਈ 'ਤੇ ਹੀ ਹੈ ਸਾਰੇ। ਫਿਰ ਨਹੀਂ, ਗੱਡੀ ਬਾਰੀ ਖੁੱਲ੍ਹ ਲੋਕ ਖੁੱਲ੍ਹਿਆ, ਗੱਡੀ ਤਾਂ ਬਾਰੀ ਨਹੀਂ ਖੋਲ੍ਹਣ ਦਿੱਤੀ, ਉਹਨਾਂ ਨੇ ਫਾਇਰਿੰਗ ਸ਼ੁਰੂ ਕਰਤੀ। ਨਹੀਂ, ਉਹ ਆਪਣੀ ਮੂੰਹ ਸੀ, ਪਰ ਨਵੇਂ ਕੋਈ ਪਛਾਣ ਨਹੀਂ ਕਿਸੇ ਦੀ, ਪਤਾ ਹੀ ਨਹੀਂ। ਅਸੀਂ ਜਿਮ ਤੋਂ ਬਾਹਰ ਨਿਕਲੇ, ਉਹ ਸਾਹਮਣੇ ਹੀ ਆਇਆ ਬਾਈ, ਸਕਾਈ ਮੋਲ ਜਿਮ ਨੇਸ਼ਨ ਜਿਮ ਦੇ ਬਾਹਰ। ਮੈਂ ਭੱਜ ਕੇ ਜਿਮ ਵੱਲ ਚਲਾ ਗਿਆ, ਅੰਦਰੋਂ ਬਲਾ ਕੇ ਲਿਆ ਸਾਰਿਆਂ ਨੂੰ, ਇੰਨੀ ਦੇਰ ਨੂੰ ਭੱਜ ਚੁੱਕੇ ਸੀ। ਨਹੀਂ ਜੀ, ਕਿਸੇ ਨੂੰ ਨਹੀਂ ਪਛਾਣਦਾ ਜੀ। ਨਹੀਂ ਜੀ, ਨਹੀਂ ਦੁਸ਼ਮਣੀ ਦਾ ਬਾਈ, ਕੁਛ ਨਹੀਂ ਪਤਾ। ਅਤੇ ਜਿਹਦੇ 'ਚ ਜਿਹੜਾ ਮਨਪ੍ਰੀਤ ਮੰਨਾ ਹੈ, ਉਹਦੀ ਡੈਥ ਹੋ ਗਈ ਹੈ, ਅਤੇ ਜੈਕੀ ਖਤਰੇ ਤੋਂ ਬਾਹਰ ਹੈ, ਉਹਦੇ ਇੱਕ ਬੁਲਟ ਇੰਜਰੀ ਹੈ ਲੱਤ ਦੇ ਵਿੱਚ। ਸਰ, ਗੈਂਗਵਾਰ ਕਹਿ ਸਕਦੇ ਕਿਸੇ ਗਰੁੱਪ ਨੇ ਇਹਦੀ ਜ਼ਿੰਮੇਵਾਰੀ ਲਈ ਹੈ, ਅਸੀਂ ਇਹਨੂੰ ਮਾਰਿਆ? ਨਹੀਂ, ਹਾਲੇ ਅਸੀਂ ਇਸ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਤੁਹਾਨੂੰ ਇਹ ਸਾਰੀ ਦੱਸ ਸਕਦੇ ਹਾਂ। ਹਾਲੇ ਫਿਲਹਾਲ ਗੈਂਗਵਾਰ ਵਾਲਾ ਸਿਸਟਮ ਨਹੀਂ, ਇਹ ਮਰਡਰ ਜ਼ਰੂਰ ਹੋਇਆ, ਅਤੇ ਇਹਦੇ ਪਿੱਛੇ ਕੌਣ ਹੋ ਸਕਦਾ ਹੈ, ਕਿਵੇਂ, ਇਹਦੇ ਬਾਰੇ ਹਾਲੇ ਕਹਿਣਾ ਮੁਸ਼ਕਲ ਹੈ। ਸਰ, ਕੀ ਇਹਦਾ ਵੀ ਅਪਰਾਧਿਕ ਬੈਕਗ੍ਰਾਊਂਡ ਹੈ, ਇਹਨੂੰ ਵੀ ਗੈਂਗਸਟਰ ਆਪਾਂ ਕਹਿ ਸਕਦੇ ਹਾਂ ਜਾਂ ਗੈਂਗਸਟਰ ਕੈਟਾਗਰੀ ਦਾ ਆਪਾਂ ਕਹਿ ਸਕਦੇ ਹਾਂ? ਇਹਨੂੰ ਕੈਟਾਗਰਾਈਜ਼ ਤਾਂ ਨਹੀਂ ਸੀ ਕੀਤਾ ਹੋਇਆ, ਪਰ ਫਿਰ ਵੀ ਇਹਦੇ ਖਿਲਾਫ਼ 14-15 ਜਿਹੜੇ ਮੁਕੱਦਮੇ ਨੇ ਪੰਜਾਬ ਦੇ ਵਿੱਚ ਦਰਜ ਨੇ, ਬਾਕੀ ਬਾਹਰਲੀ ਸਟੇਟਸ ਦੇ ਵਿੱਚ ਹੋ ਸਕਦੇ ਨੇ। ਗੈਂਗਸਟਰ ਵਰਡ ਯੂਜ਼ ਕਰ ਸਕਦੇ ਆਪਾਂ ਇਹਦੇ ਤੇ? ਬਿਲਕੁਲ ਬਿਲਕੁਲ ਕਰ ਸਕਦੇ ਹਾਂ। ਫੇਸਬੁੱਕ 'ਤੇ ਕਿਹੜਾ ਇਹਨਾਂ ਨੇ ਜੀ ਲਿਆ, ਉਸ 'ਤੇ ਵੀ ਪੁਲਿਸ ਜਾਂਚ ਕਰ ਰਹੀ ਹੈ ਕੋਈ? ਬਿਲਕੁਲ, ਅਸੀਂ ਉਹ ਸਾਰੇ ਐਂਗਲਸ ਨੂੰ ਅਸੀਂ ਕਵਰ ਕਰਾਂਗੇ। ਕਿੰਨੇ ਗਨ ਫਾਇਰ, ਕਿੰਨੇ ਸ਼ੋਟ ਹੋਏ ਨੇ ਹੁਣ ਤੱਕ, ਕੀ ਹੋਇਆ? ਕਾਫੀ ਜਿੰਨੇ ਅਸੀਂ ਮਿਲੇ ਨੇ, ਸਾਨੂੰ ਕੋਖੇ ਵਗੈਰਾ ਮਿਲੇ ਨੇ, ਤਾਂ 14-15 ਫਾਇਲਸ ਉੱਤੇ ਹੋਏ ਨੇ। ਮਾਮਲਾ ਦਰਜ ਕਰ ਰਹੇ ਹੋ ਕਿਸ ਦੇ ਖਿਲਾਫ਼? ਹਾਂਜੀ।